ਚਲੋ ਜੀ ਬੂਟਾ ਜੀ ਆ ਬਜਾ ਲਓ ਬਜਾ ਲਓ, ਬਜਾ ਕੇ ਤੇ ਮੂੰਹ ਚਲੋ 3 2 1 ਚਲੋ ਦੁਬਾਰਾ 3 2 1 ਅਸਲਾਮ ਵਾਲੇਕਮ ਨਾਜ਼ਰੀਨ, ਨਾਜ਼ਰੀਨ ਪ੍ਰੋਗਰਾਮ ਕਲਰਬਾਜ਼ੀ ਮੈਂ ਕੋਈ ਨੋਟ ਚੈਨਲ ਕਾ ਹਰ ਦਿਲ ਅਜੀਜ਼ ਪ੍ਰੋਗਰਾਮ ਕਲਰਬਾਜ਼ੀ ਮੈਂ ਹੂੰ ਆਪਕਾ ਗੋਸ਼ ਚਾਚਾ ਬੂਟਾ ਔਰ ਮੇਰੇ ਸਾਥ ਸਜਾਦ ਵੀ ਹੈ ਔਰ ਮੇਰੀ ਪਸੰਦੀਦਾ ਕੋ ਹੋਸਟ ਉਨਜ਼ਿਲਾ ਵੀ ਹੈ। ਉਨਜ਼ਿਲਾ ਆਪਣੀ ਜਗ੍ਹਾ 'ਤੇ ਰਾਸਤੇ ਆਪਣੀ ਜਗ੍ਹਾ ਜਬ ਮੁਕੱਦਰ ਸਾਥ ਨਾ ਦੇ ਤੋ ਮੁਸਾਫਰ ਸਜਾਦ ਆਪਕਾ ਵੀ ਕਰਾਉਂਦਾ ਨਹੀਂ ਨਹੀਂ ਉੱਧਰ ਹੀ ਜ਼ਰੂਰਤ ਹੈ। ਉਨਜ਼ਿਲਾ ਸੋਹਣੀ ਹੈ ਉਨਜ਼ਿਲਾ ਸਾਥੀ ਨਾ ਕੋਈ ਉਨਜ਼ਿਲਾ ਮੁਕੱਦਰ ਕੀ ਬਾਤ ਹੈ ਔਰ ਬਹਰਹਾਲ ਮੈਂ ਇਸੇ ਪਸੰਦ ਕਰਤਾ ਹੂੰ। ਉਨਜ਼ਿਲਾ ਉਨਜ਼ਿਲਾ ਆਈ ਲਾਇਕ ਯੂ। ਮੈਂ ਹੂੰ ਇਤਨੀ ਅੱਛੀ, ਮੁਝੇ ਹਰ ਕੋਈ ਪਸੰਦ ਕਰਤਾ। ਦੂਜਾ ਕੌਣ ਆ? ਜੋ ਮੇਰੇ ਫੈਨਸ ਹੈ ਜੋ ਮੁਝੇ ਟੀਵੀ ਪੇ ਦੇਖਤੇ ਹੈ ਵੋ ਸਭ ਲੋਗ ਅਪਰੀਸ਼ੀਏਟ ਕਰਤੇ ਹੈ ਮੁਝੇ ਆਪਕੀ ਤਰ੍ਹਾਂ। ਮੈਂ ਤੋ ਬਿਮਾਰ ਆਦਮੀ ਹੂੰ ਨਾ, ਮੈਂ ਤੋ ਮਜ਼ਾਕ ਕਰ ਰਹਾ ਹੂੰ ਨਾ ਬੇਇੰਤਹਾ। ਉਹ ਗੰਦੇ ਜ਼ਹਿਨ ਨਾ ਕਰ ਰਹੇ ਨੇ। ਓਏ ਕੈਸਾ ਤੇਰਾ ਸਾਫ ਸੁਥਰੇ ਇਲਾਕੇ ਦੇ ਗਟਰ ਵਰਗਾ ਮੂੰਹ ਆ, ਗੰਦੇ ਜ਼ਹਿਨ ਸੇ। ਇਹ ਬਿਲਕੁਲ ਵੋਹੀ ਬਾਤ ਹੈ ਜਿਸ ਤਰ੍ਹਾਂ ਗੁਲਾਲਾਈ ਇਮਰਾਨ ਖਾਨ ਕੋ ਗੰਦੇ ਗੰਦੇ ਮੈਸੇਜ ਭੇਜਤੀ। ਹਾਂ ਨਹੀਂ ਵੋ ਕਹਿਤੀ ਥੀ ਜੀ। ਅੱਛਾ ਆਪਕਾ ਕਿਆ ਖਿਆਲ ਹੈ ਇਮਰਾਨ ਸਾਹਿਬ ਨੇ ਕੀ ਹੋਂਗੇ? ਮੈਂ ਬਿਲਕੁਲ ਨਹੀਂ ਨਹੀਂ ਬਿਲਕੁਲ ਨਹੀਂ। 4 ਸਾਲ ਬਾਅਦ ਉਹਨੂੰ ਯਾਦ ਆਇਆ ਕਿ ਜਿਹੜੇ ਮੈਨੂੰ ਇਹ ਮੈਸੇਜ ਭੇਜਦਾ ਸੀਗਾ ਉਹ ਗੰਦੇ ਸੀ। 4 ਸਾਲ ਬਾਅਦ ਟਾਈਮਿੰਗ ਦੇਖੋ ਨਾ ਕਿਸ ਵਕਤ ਇਹ ਸਕੈਂਡਲ ਸਾਹਮਣੇ ਲਾਇਆ ਗਿਆ। ਜਬ ਚਿੜੀਆਂ ਚੁੱਕ ਗਈ ਪਨਾਮਾ ਔਰ ਮੀਆਂ ਸਾਹਿਬ ਕੋ ਜਬ ਨਾ ਅਹਿਲਨ ਵ ਸਹਿਲਨ ਕਰਨੇ ਵਾਲੇ ਥੇ। ਯਾਰ ਇਮਰਾਨ ਖਾਨ ਨੂੰ ਕੋਈ ਫਰਕ ਪੈਂਦਾ? ਉਹਨੂੰ ਕੋਈ ਫਰਕ ਪਿਆ? ਪੜ ਹੀ ਨਹੀਂ ਸਕਦਾ। ਹਰ ਜੀ ਉਸ ਬੰਦਾ, ਹਰ ਸਮਝਦਾਰ ਬੰਦਾ ਸਮਝਦਾ। ਇਹ ਕਿਆ ਕਰ ਰਿਹਾ ਜੀ? ਆਪ ਸ਼ੋਅ ਕਰ ਰਹੇ ਕੀ ਹੋਇਆ ਤੁਹਾਡੇ ਜੀ? ਸ਼ੇਖ ਸਾਹਿਬ ਜੀ ਆਪਕੇ ਦੋਨੋਂ ਹੱਥੋਂ ਪਿਆ ਕੋਈ, ਇਹ ਕਿਆ ਹੋ ਗਿਆ ਆਪਕੋ? ਉਂਜਲਾ ਮੁਝੇ ਹਾਰਟ ਅਟੈਕ ਹੋ ਗਿਆ। ਚਲੋ ਹਾਰਟ ਅਟੈਕ ਔਰ ਆਪ ਯਹਾਂ ਪਰ ਇਸ ਟਾਈਮ ਬੈਠੇ ਹੈ? ਨਹੀਂ ਨਹੀਂ ਹਰਾ, ਪੁੱਛ ਇਹ ਪੁੱਛ ਕਿੰਨਵੀਂ ਵਾਰੀ ਹੋਇਆ? ਹਾਂ ਪੁੱਛ, ਚੱਲ ਪੁੱਛ। ਬੜਾ ਸੀਰੀਅਸ ਇਸ਼ੂ ਹੈ, ਅਗਰ ਆਪਕੋ ਹਾਰਟ ਅਟੈਕ ਹੋਇਆ ਹੈ ਤੋ ਫਿਰ। ਯਾਰ ਮੈਂ ਕੋ ਮਜ਼ਾਕ ਨਹੀਂ ਕਰ ਰਹਾ ਹੂੰ, ਮੈਂ ਅਭੀ ਵੀ ਮੈਂ ਐਡਮਿਟ ਹੂੰ ਕਾਰਡੀਓਲੋਜੀ ਮੈਂ, ਐਮਰਜੈਂਸੀ ਮੈਂ ਐਡਮਿਟ ਹੂੰ। ਇਹ ਦੋਨੋਂ ਹੱਥਾਂ ਤੇ ਲੱਗਣ? ਹਾਂਜੀ ਦੋਨੋਂ ਹੱਥਾਂ ਪੇ। ਜਬ ਹਾਰਟ ਅਟੈਕ ਹੋਤਾ ਹੈ ਨਾ ਤੋ ਇੱਧਰ ਸੇ ਹੈਪਰਿੰਗ ਜਾ ਰਹੀ ਹੋਤੀ ਹੈ, ਇੱਧਰ ਸੇ ਮੈਡੀਸਨ ਜਾ ਰਹੀ ਹੋਤੀ ਹੈ, ਤੋ ਦੋਨੋਂ ਹੱਥੋਂ ਪੇ ਲਗਵਾਉਣਾ ਪੜਤਾ ਹੈ। ਤੇ ਤੁਸੀਂ ਇਹ ਲਵਾ ਕੇ ਆ ਜਾਂਦੇ? ਮੈਂ ਜਾਣ ਬੂਝ ਕਰ ਇਸ ਹਾਲਤ ਮੈਂ ਆਇਆ ਕਿ ਕੋਈ ਅਮਦਾਦ ਮਿਲੇ ਨਹੀਂ। ਮੈਂ ਥੋੜ੍ਹੀ ਸੀ ਰੁਦਾਤ ਕਾਰਡੀਓਲੋਜੀ ਕੀ ਵੀ ਆਪਕੋ ਸੁਣਾਉਣਾ ਚਾਹਤਾ ਹੂੰ। ਰਾਤ ਕੇ 1:30-2 ਵਜੇ ਮੁਝੇ ਹਾਰਟ ਅਟੈਕ ਹੋਆ ਉਨਜ਼ਿਲਾ, ਤੋ ਮੇਰੀ ਵਾਈਫ ਮੁਝੇ ਹੋਸਪਿਟਲ ਲੈ ਗਈ, ਮੁਝੇ ICU ਮੈਂ ਉਹਨੇ ਰੱਖ ਲਿਆ ਮੇਰਾ ECG ਵਗੈਰਾ ਦੇਖ ਕਰ, ਮੈਨੂੰ ਆ ਜਿਹੜੀਆਂ ਬੋਤਲਾਂ ਜਿਹੀਆਂ ਲਾਤੀਆਂ। ਆਪ ਯਕੀਨ ਕਰੇ ਸੱਜਾਦ ਸੁਬਹਾ 6 ਵਜੇ ਉਹਨੇ ਮੁਝੇ ਐਮਰਜੈਂਸੀ ਮੈਂ ਰੈਫਰੈਂਸ ਕਰ ਦਿਆ ਚੇਅਰ ਪਰ, ਵੀਲ ਚੇਅਰ ਪਰ ਬਿਠਾ ਕਰ। ਔਨ ਦਾ ਅਦਰ ਹੈਂਡ ਉਸੇ ਪਹਿਲੇ ਮੁਝੇ ਵਾਸ਼ਰੂਮ ਜਾਣੇ ਕੀ ਵੀ ਇਜਾਜ਼ਤ ਨਹੀਂ ਥੀ, ਔਰ ਉਸਕੇ ਬਾਅਦ ਪਤਾ ਨਹੀਂ ਉਨਕੇ ਜਿਹਨ ਮੈਂ ਕਿਆ ਮੁਝੇ ਵੀਲ ਚੇਅਰ ਪਰ ਬਿਠਾ ਕੇ ਮੈਂ ਨੱਚਾਂ ਸਾਰੀ ਰਾਤ ਕਰ ਦਿਆ। ਪਹਿਲੇ ਉਹਨਾਂ ਨੇ ਸਾਰਿਆਂ ਨੇ ਮੇਰੀ ਆਪਣਾ ECG ਕੀਤੀ ਹੈ, ਉਸ ਤੋਂ ਬਾਅਦ ਸਾਰਿਆਂ ਨੇ ਬਹਿ ਕੇ ਵੇਖੀ ECG, 2.5 ਘੰਟੇ ਦੀ ECG ਸੀ ਐਂਡ ਬੜਾ ਅੱਛਾ ਸੀ ਉਹਦਾ, ਸਾਰਿਆਂ ਡਾਕਟਰਾਂ ਨੇ ਵੇਖੇ। ਔਰ ਕੋਈ ਬੰਦਾ ਉਨਜ਼ਿਲਾ ਐਸਾ ਨਹੀਂ ਜਿਹਨੇ ਇੰਜੋਏ ਨਾ ਕੀਤਾ ਹੋਵੇ। ਕੋਈ ਵੀ ਬੰਦਾ ਕਿਹੜੇ ਹਸਪਤਾਲ ਆ ਕਾਰਡੀਓਲੋਜੀ ਮੈਂ ਯਾਰ, ਉਹ ਤਾਂ ਬੜਾ ਅੱਛਾ ਹਸਪਤਾਲ ਹੈ ਯਾਰ। ਅੱਛੇ ਬੁੜੇ ਕੀ ਨਹੀਂ, ਮੈਨੇ ਜੋ ਦੇਖਾ ਮੈਂ ਤੁਹਾਨੂੰ ਉਹ ਬਤਾ ਰਹਾ। ਉਹ ECG ਦੇ ਵਿੱਚ ਗਾਣੇ ਕਿੰਨੇ ਕੁ ਚੱਲੇ ਸੀ? ਉਹ ਗਾਣੇ ਨਹੀਂ ਸੀ ਉਹਦੇ 'ਚ, ਉਹ ਐਕਸ਼ਨ ECG ਸੀ। ਹਾਂ ਔਰ ਫੁੱਲ HD ਦੇ ਵਿੱਚ ਸੀ ECG, ਇੰਨਾ ਮਜ਼ਾ ਆਇਆ ਨਾ, ਸਾਰੇ ਡਾਕਟਰ ਨੇ ਬਹਿ ਕੇ ਵੇਖੀ ਆ। ਮੈਂ ਇਹਦੇ ਵਿੱਚ ਮੋਬਾਈਲ 'ਚ ਵੀ ਪੜ੍ਹਾਈ ਆ ਵੀ ਐਸਾ ਕਮਾਲ ਨਿਜ਼ਾਮ ਸੀ,
ਬਿਲੂ ਰੇ ਸੀ ਪ੍ਰਿੰਟ ਜਿਹੜਾ ਨਹੀਂ ਹੁੰਦਾ ਉਹਦਾ ਬਿਲੂ ਰੇ ਉਹ ਈਸੀ ਜੀ ਵਾਲਾ ਜਿਹੜਾ ਕੈਮਰਾ ਨਹੀਂ ਹੁੰਦਾ ਵੱਡਾ ਡਾਇਰੈਕਟਰ ਬਾਏ ਡਾਕਟਰ ਇਮਤਿਆਜ਼ ਲੈਟਮੈਨ ਡਾਕਟਰ ਕਾਸ਼ਫ ਹੀਰਵਨ ਉਹਦੇ ਵਿੱਚ ਜਿਹੜੀ ਆ ਉਹ ਇੱਕ ਨਰਸ ਸੀ ਐਂਡ 'ਤੇ ਮੈਂ ਵਿਲਨ ਦੇ ਹੱਥੋਂ ਬਚ ਕੇ ਅਤੇ ਆ ਗਿਆ ਮੈਂ ਸਾਰਿਆਂ ਨੂੰ ਕਿਹਾ ਮੈਂ ਕਿਹਾ ਵੀ ਨਵੀਂ ਈਸੀ ਜੀ ਮੂਵੀ ਆਈ ਆ ਉਹ ਦੇਖੋ ਛੋਟੇ ਛੋਟੇ ਸਪਨੇ ਹੋ ਸਪਨੇ ਵੋ ਆਪਣੇ ਹੋ ਤੋ ਯਾਰੋ ਕਿਆ ਬਾਤ ਹੈ ਬਹਰਹਾਲ ਉੱਥੇ ਮੈਨੂੰ ਲੋਕਾਂ ਨੇ ਕਿਹਾ ਕਿ ਜਿਹੜੀ ਤੁਹਾਡੀ ਸੀ ਐਨ ਜੀ ਹੋਈ ਨਾ ਇਹਨੂੰ ਤੁਸੀਂ ਭੇਜ ਫਿਲਮਫੇਅਰ ਅਵਾਰਡ ਦੇ ਵਿੱਚ ਭੇਜੋ ਮੈਂ ਸੋਚ ਰਿਹਾ ਕਿ ਆਹ ਬੂਟਾ ਹੀ ਭੇਜ ਦਿਓ ਵੈਸੇ ਬੜੇ ਦਰਦਨਾਕ ਸੀਨ ਹੋਣੇ ਉਹਦੇ ਸੀ ਐਨ ਜੀ ਦੇ ਵਿੱਚ ਯਾਰ ਈ ਸੀ ਜੀ ਹੋਤਾ ਯਾਰ ਸੀ ਐਨ ਜੀ ਕਿੱਥੋਂ ਆ ਗਿਆ ਬਾਈ ਮੇਕਅਪ ਵਾਲੇ ਹੁੰਦੇ ਨੇ ਉੱਥੇ ਵੈਸੇ ਹਾਂਜੀ ਇਹ ਉਹਨਾਂ ਨੇ ਕੀਤਾ ਹਾਂ ਆਹ ਗੈਟਅਪ ਸਾਰਾ ਹਾਂਜੀ ਬਸ ਇਹ ਤਾਂ ਇਹ ਨਰਸਾਂ ਨੇ ਲਾਇਆ ਹੁਣ ਲੋਕ ਦੁਕਾਨਦਾਰਾਂ ਜਾ ਕਹਿਣਗੇ ਈ ਸੀ ਜੀ ਪਾਰਟ 2 ਦੇ ਦਿਓ ਹਾਂ ਬੜੀ ਅੱਛੀ ਫਿਲਮ ਬਣੀ ਚਲੋ ਹਾਰਟ ਅਟੈਕ ਦਾ ਦੱਸੋ ਉਹਦਾ ਕੀ ਬਣਿਆ ਰਿਵਾਇਤੀ ਹਾਰਟ ਅਟੈਕ ਕੀ ਹੁੰਦਾ ਹੈ ਰਿਵਾਇਤੀ ਹਾਰਟ ਅਟੈਕ ਯਾਰ ਰਿਵਾਇਤੀ ਹਾਰਟ ਅਟੈਕ ਦਾ ਮਤਲਬ ਆ ਕਿ ਹਰ ਦੂਜੇ ਤੱਕ ਇਹ ਜਦੋਂ ਗਏ ਨੇ ਨਾ ਇਹਨਾਂ ਨਾਲ ਭਲਾ ਕੀ ਹੋਇਆ ਇਹ ਸਵੇਰੇ ਜਦੋਂ ਗਏ ਨੇ ਨਾ ਜਾ ਕੇ ਫੌਤ ਹੋ ਗਏ ਨੇ ਜਾਂ ਨਹੀਂ ਹਾਰਟ ਅਟੈਕ ਹੋਇਆ ਫੌਤ ਹੋ ਗਏ ਨੇ ਫੌਤ ਹੋ ਕੇ ਉਹਨਾਂ ਨੇ ਉੱਤੇ ਕੱਪੜਾ ਪਾ ਦਿੱਤਾ ਉਹ ਸਵੇਰੇ ਸਵੇਰੇ ਸਫਾਈ ਕਰਨ ਨਾਲ ਆਇਆ ਉਹਨੇ ਸਾਰਿਆਂ ਨੇ ਕਿਹਾ ਚਲੋ ਵੀ ਚਲੋ ਉੱਠੋ ਇਹ ਫਿਰ ਉੱਠ ਪਏ ਮੈਂ ਜਾਣ ਬੁਝ ਕੇ ਏਦਾਂ ਦੀਆਂ ਗੱਲਾਂ ਇਹਨਾਂ ਨਾਲ ਕਰਦਾ ਕਿ ਮੈਂ ਇਹਨਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਮੁਝੇ ਖੁਸ਼ ਰੱਖਣੇ ਕਿ ਨਹੀਂ ਮੁਝੇ ਹਾਰਟ ਅਟੈਕ ਹੁਆ ਇਹ ਤਾਂ ਸੀਰੀਅਸ ਬਾਤ ਹੈ ਨਾ ਸਿਰਫ ਤੈਨੂੰ ਨਾ ਉਹ ਕਰਨ ਦੇ ਹੀ ਹੋ ਜਿਹੜਾ ਨੀ ਕਰੀਦਾ ਇੰਪ੍ਰੈਸ ਇੰਪ੍ਰੈਸ ਜਦੋਂ ਮੇਰੇ ਵੱਲ ਮੂੰਹ ਕਰਦੇ ਨਾ ਦੇਖੀ ਜਦੋਂ ਮੇਰੇ ਵੱਲ ਮੂੰਹ ਕਰਦੇ ਨਾ ਉਦੋਂ ਕਰਕੇ ਗੱਲ ਕਰਦੇ ਜਦੋਂ ਤੇਰਾ ਸ਼ੂਗਰ ਹਾਰਟ ਅਟੈਕ ਨੇ ਕੁਛ ਨੀ ਕਹਿਣਾ ਮੇਰਾ ਕਾਮ ਬਹੁਤ ਪਸੰਦ ਹੈ ਮੈਨੂੰ ਵੈਸੇ ਬੜਾ ਪਸੰਦ ਕਰਤੇ ਹੈ ਮੇਰਾ ਕਾਮ ਐਪਰੀਸ਼ੀਏਟ ਕਰਤੇ ਹੈ ਇਸ ਲਈ ਜਬ ਵੋ ਬੋਲਤੇ ਹੈ ਮੁਝਸੇ ਬਾਤ ਕਰਤੇ ਹੈ ਤੋ ਵੈਸੇ ਅੱਛਾ ਇਸ ਤਰ੍ਹਾਂ ਮੇਰੀ ਗੱਲ ਸੁਣੋ ਇਸ ਤਰ੍ਹਾਂ ਤੂੰ ਕਿੰਨੇ ਕੁ ਘੰਟੇ ਪਰਦਾ ਪਾਉਂਦੀ ਰਹੇਗੀ ਉਹਨਾਂ ਦੀ ਨੇਚਰ ਤੇ ਉਹਨਾਂ ਦੀ ਆਦਤ ਤੇ ਦੇਖੇ ਹਮਾਰੇ ਬਜ਼ੁਰਗ ਹੈ ਠੀਕ ਹੈ ਅਸਾ ਚੋਣਾਂ ਦੀ ਨੀਅਤ ਤੇ ਔਰ ਹਮੇ ਉਨਕੀ ਇੱਜ਼ਤ ਕਰਨੀ ਮੇਰੇ ਬਾਤ ਸੁਣੋ ਆਪਣਾ ਉਂਜਲਾ ਬਜ਼ੁਰਗ ਨਾ ਕਹਿ ਉਹਨਾਂ ਨੂੰ ਹਾਂ ਬਜ਼ੁਰਗ ਕੋ ਕਹਿਣਾ ਸ਼ੇਖ ਸਾਹਿਬ ਕਹ ਲਓ ਚੱਲ ਲੈ ਸ਼ੇਖ ਸਾਹਿਬ ਕਹ ਲੈ ਯਾਰ ਬਜ਼ੁਰਗ ਨੇ ਯਾਰ ਕੈਸੀ ਵੋ ਮਕਰੂ ਕਿਸਮ ਕੀ ਤੁਹਾਡੀ ਵੋ ਹੈ ਚਾਚੇ ਬੂਟੇ ਕੇ ਕਰੈਕਟਰ ਕੋ ਇਸਨੇ ਤਖਲੀਕ ਕੀਆ ਪਹਿਲੇ ਮੇਰਾ ਪ੍ਰੋਗਰਾਮ ਥਾ ਲੀਗਲ ਏਟ ਇਸੀ ਚੈਨਲ ਪੇ ਉਧਰ ਸੇ ਇਸਨੇ ਕੁਛ ਕਲਿਪਸ ਲੀਏ ਵਿਦਆਊਟ ਮਾਈ ਨੌਲੇਜ ਮੇਰੇ ਕੋ ਠੀਕ ਆ ਉਹਨੇ ਕਹਾ ਹੋਗਾ ਔਰ ਵੋ ਬੜੀ ਹਿੱਟ ਹੋਈ ਉਸ ਕਾ ਬੜਾ ਰਿਸਪੋਂਸ ਆਇਆ ਬੜਾ ਲੋਕੋ ਨੇ ਫੀਡਬੈਕ ਦੀ ਕਿਉਂ ਕਿਉਂ ਸਜਾਦ ਕਿਉਂ ਸਜਾਦ ਐਸਾ ਹੀ ਹੈ ਹਾਂਜੀ ਐਸਾ ਹੀ ਹੈ ਜੀ ਅੱਛਾ ਛੱਡੋ ਗੱਲਾਂ ਮੈਨੂੰ ਦੱਸੋ ਹਸਪਤਾਲ 'ਚ ਨਰਸਾਂ ਦੇ ਨਾਲ ਕੋਈ ਸਲਾਮ ਦੁਆ ਕੋ ਵਾਕਫੀਅਤ ਹਾਂ ਉਹਨੇ ਜਾਂਦੇ ਰਹਿੰਦੇ ਨਾ ਤੁਸੀਂ ਹਾਂ ਹਾਂ ਅੱਛਾ ਉਹ ਨਰਸਾਂ ਦੇ ਨਾਲ ਹੈ ਕਾਫੀ ਆਪਣਾ ਕਬੋ ਆਪਣਾ ਉਂਜਲਾ ਅੱਛੀ ਹੋਤੀ ਹੈ ਨਾਦਿਰ ਵਕਤ ਹੁਆ ਇੱਕ ਨਰਸ ਕਾ ਨਰਸ ਕੇ ਬਾਅਦ ਦੁਬਾਰਾ ਆਪਕੇ ਹਾਜ਼ਰ ਹੋਤੇ ਹੈ ਵੈਲਕਮ ਟੂ ਦੀ ਸ਼ੋਅ
उंजला हार्ट अटैक मेरे लिए ऐसे ही है जैसे खांसी किसी को हो जाती है, खुद ही हो जाता, खुद ही ठीक हो जाता। अच्छा वैसे किनवा हार्ट अटैक होया तुहानू याद है कुछ? नहीं। सौ मतलब 10-20 तो उत्ते? हाँ काफी ऊपर, काफी ज्यादा। अच्छा लोग कहते हैं ये हस्पताल अंदर वड़न दे लोकी लोकी खा पाते हार्ट अटैक वाला बाबा आ गया। और लोग कहते हार्ट अटैक ही आ गया भाई, बल्कि लोग कहते हैं मैं शराबी हूँ। तुमने भी शायद यही सोच लिया। नहीं लेकिन ये चीज बड़ी अप्रिशिएट के काबिल है कि आप। मैं आपको बताता हूँ, लोग कहते हैं ये हार्ट अटैक नहीं है, ये ऐसे कोई अनजाना पेन है या वगैरह वगैरह। मैं कहता हूँ अगर ये ऐसी बात है तो डॉक्टर जब आप दिल के अस्पताल में जाते हैं तो सबसे पहले ECG होती है। बिल्कुल ECG होती है। डॉक्टर के पास जब मैं वो ECG लेकर जाता हूँ या ले जाया जाता हूँ तो डॉक्टर एकदम अंज कड़क मन देखता तो फौरन मेरे लिए बोतल मंगा लेंदा और कहना तुसी आराम करो, तानू वो फौरी तौर पर मुझे फर्स्ट एड देने के लिए। वो डॉक्टर ऐसा तो देखता कि यार है इनू हाले तक होया ही नहीं। अच्छा नहीं उम्र हो गई। आप तो बात को किसी और तरफ ले जा रहे हैं, मैं प्रोग्राम को थोड़ा संजीदा संजीदा ना हो वो अगे ताड़ी अगे दो दो हथां दे ऊपर ताड़े ओ लगा आड़ा। अच्छी बात है, अगर आप बीमार होते हैं आपको खुश रहना चाहिए, वो जल्दी आप। उंजला तुम कहो तो मैं ना ठीक हूँ। एक दिन की मैं तुम्हें बात सुनाता हूँ, मैं अस्पताल गया। हेलो। हाँ अस्सलाम वालेकुम। वालेकुम सलाम। उटाई की हाल चाल तोड़ा? अल्लाह का शुक्र। उटाई मेरे एक ताया जी सी जी, बिल्कुल तुहाडी शक्ल दे तुहाडी उम्र दे जी। ओ भी इस तरह ही बुढ़ापे च उन्होंने हार्ट अटैक कई हुए सी जी, लेकिन वो बच जाते सी बेचारे जी। आमीन। लेकिन थोड़े दिन पहले उन्होंने एक हार्ट अटैक होया, उन्होंने यही समझा मैं बच जाऊंगा, लेकिन वो बेचारे जेड़े ना अल्लाह नु प्यारे हो गए। अच्छा ते मैं पूछना सी भी तुहानू किन्ने कु होए ने? उन्होंने भी काफी हुए सी, वो ते लगे गए ने। हां ते तुसी? थैंक यू वेरी मच ब्रदर। आपका मनहूस नाम है जी? आसफ मेरा नाम है जी। आसफ साहब आप अकेले जो है दुआ नहीं कर रहे, यहाँ मेरे लिए बहुत से दुआवा कर रहे हैं, बहुत शुक्रिया। आप जो है ना वो कहीं दफा दूर हो जाएं, आपको मिलेगा वो जुल्म का बदला। एक शाम मैं हॉस्पिटल गया उंजला, तो डॉक्टर ने मुझे देखा, ECG मेरे हाथ में पकड़ी हुई थी, तो उसने ECG को नहीं देखा, उसने मुझे कहा आप आ गए? मैं कहा जी मुझे तकलीफ हो रही, आ गया हूँ, को खाली बाट देखो तो लम्बे पै जा। अच्छा। मैं वार्ड के अंदर गया, मैं जाके खाली बाट तलाश किया, उसे जाके लम्बे पै गया। उस कंडीशन में आपने बेड भी खुद ढूंढा? हाँ बेड भी मैं आप ही लभ गया। अच्छा। बेड लभ लेने ने? बकवास नहीं करने। चले जी। वो एक स्टाफ आई, उसने मुझे वो ड्रिप और न्योला जो बनोला वो लगा, उसके बाद मुझे नींद आ गई। 2-2.5 घंटे में पैरा, मेरे कोई डॉक्टर चेक कर दिया। 2-2.5 घंटे तो बाद मेरी आंख खुली, तो मैं ठीक सी, फ्रेश सी, मैं जूती पाई थे आ गया। शाबाश। को बिल बुल भी नहीं देना? नहीं उधर बिल होता ही नहीं ना। मुफ्त? मुफ्त हुए बदनाम। बस ठीक है, जिदा दे मरीज उदा दे अस्पताल वाले, तभी उन्हें कह रहा कि आप ही बेड लब लो तो पै जाओ जाग। ये लाल रंग कब मुझे छोड़ेगा? हाँ किशोर कुमार। तो शेख साहब मेरी बात सुना, आप किसी प्राइवेट ऑर्गेनाइजेशन में अच्छे से क्यों नहीं दिखवाते? उसे पैसे लगते ने? नहीं नहीं बात पैसों की नहीं है, बात पैसों की है। जब मुझे दूसरा अटैक हुआ तो तमाम डॉक्टरों ने मुझे बाईपास का कहा। ठीक है। क्या बाईपास करवाएं? एक डॉक्टर ऐसा सी, उन्हें कहा तू बाईपास ना करा तो बाई दा वे करा। सुना, मैंने कहा ठीक है बाईपास करवा रहे हैं फिर। मैंने कहा हाँ जी अब उसी की तरफ रुजू कर रहा हूँ। कहता आपको एक ऑफ द रिकॉर्ड मैं एक मशवरा दूँ? मैं कहा हाँ जी दियो जी। कहता आप अपना बाईपास ना करवाएं? उन्हें कहा तुसी अपना बाई चॉइस कराओ। नहीं एदी गल तो पहले हाथ पाया, चल कोई नहीं।
ਕਹਿੰਦਾ 65 ਈਅਰ ਤੁਹਾਡੀ ਉਮਰ ਹੋ ਗਈ ਹੈ ਤੇ ਕੀਤਾ ਤੁਸੀਂ ਕੱਖ ਵੀ ਨਹੀਂ, ਚੈਨ ਸਮੋਕਰ ਵੀ ਹੈ ਆਪ, ਸ਼ੂਗਰ ਵੀ ਹੈ ਆਪਕੋ, ਬਲੱਡ ਪ੍ਰੈਸ਼ਰ ਵੀ ਹੈ, ਜਬ ਆਪਕੋ ਖੋਲਾ ਗਿਆ ਤੋ ਆਪਕੋ ਬੰਦ ਕਰਨਾ ਮੁਸ਼ਕਲ ਹੋ ਜਾਏਗਾ। 86 ਮਾਡਲ ਮੋਟਰਸਾਈਕਲ ਵਾਲਾ ਤੇ ਹਾਲ ਹੋਇਆ ਪਿਆ। ਇਸੇ ਤਰ੍ਹਾਂ ਮੈਡੀਸਨ ਕੇ ਸਹਾਰੇ ਆਪ ਜ਼ਿੰਦਗੀ ਗੁਜ਼ਾਰੇ, ਜਾਂ ਆਫ ਦੀ ਰਿਕਾਰਡ ਆਪਕੋ ਡਿਵਾਈਸ ਹੈ। ਤੋ ਸ਼ੇਖ ਸਾਹਿਬ ਆਪਣਾ ਖਿਆਲ ਕਿਉਂ ਨਹੀਂ ਰੱਖਦੇ, ਸਮੋਕਿੰਗ ਕਿਉਂ ਨਹੀਂ ਛੋੜਦੇ, ਆਪਣੀ ਡਾਇਟ ਤੇ ਕਿਉਂ ਨਹੀਂ? ਇਹ ਤੇ ਮਤਲਬ ਵੀ ਤੈਨੂੰ ਇੱਕ ਗੱਲ ਬਤਾਉਂ, ਇਮਾਨਦਾਰੀ ਸੇ ਇੱਕ ਡਾਕਟਰ ਨੇ ਮੁਝੇ ਚੈੱਕ ਕੀਆ ਪ੍ਰਾਈਵੇਟ ਫੈਮਿਲੀ ਹੋਸਪਿਟਲ, ਉਸਨੇ ਮੁਝੇ ਕਹਾ, ਉਸਨੇ ਮੁਝੇ ਕੱਲ੍ਹ ਕਹਾ, ਉਹ ਜਬ ਤੁਮਸੇ ਹੁਆ ਮੁਝੇ ਪਿਆਰ ਤੋ ਬੋਲੇ ਚੱਲ ਝੂਠੀ, ਡਾਕਟਰ ਨੇ ਮੁਝੇ ਇੱਕ ਬਾਤ ਕਹੀ, ਮੈਨੇ ਕਹਾ ਆਪਣੇ ਮੁਝੇ ਸਮੋਕਿੰਗ ਕਾ ਕਿਉਂ ਨਹੀਂ ਰੋਕਾ, ਕਹਿੰਦਾ ਉਹ ਤੂੰ ਛੱਡੇਗਾ ਤਾਂ ਮਰ ਜਾਏਗਾ। ਹੈਲੋ, ਹਾਓ, ਅਸਲਾਮ ਅਲੈਕਮ। ਵਾਲਕਮ ਸਲਾਮ। ਬੂਟਾ ਜੀ ਹੱਥਾਂ ਦੇ ਉੱਤੇ ਵਾਈਫਾਈ ਲਵਾਈ ਇਹ ਭਈਆ ਕੁਛ ਹਾਰਟ ਅਟੈਕ ਹੋ ਗਿਆ। ਹਾਰਟ ਅਟੈਕ ਜੀ? ਕਦੋਂ ਹੋਇਆ? ਈਦ ਦੀ ਰਾਤ ਨੂੰ। ਅੱਛਾ ਜੀ, ਚਲੋ ਮੁਬਾਰਕ ਹੋਵੇ। ਕੀ ਨਾਂ ਕੀ ਰੱਖਿਆ ਇਹਦਾ? ਭਾਈ ਹਾਰਟ ਅਟੈਕ ਹੋਇਆ। ਸੁੱਤੇ ਸੀ ਤੁਸੀਂ? ਬਸ ਇਵੇਂ ਸੁੱਤੇ ਪਿਆ ਵੇਖ ਕੇ ਹੋ ਗਿਆ ਜੇ। ਗੋਸ਼ਤ ਖਾਧਾ ਸੀ? ਹਾਂਜੀ ਖਾਧਾ। ਜ਼ਿਆਦਾ ਖਾ ਲਿਆ ਜ਼ਰੂਰਤ ਤੋਂ ਲੱਗਦਾ, ਆਪਣੀ ਸਿਹਤ ਆਪਣੀ ਤਬੀਅਤ ਦੇ ਹਿਸਾਬ ਤੋਂ ਐਕਸਟਰਾ ਖਾਧਾ? ਹਾਂਜੀ। ਅੱਛਾ, ਤੇ ਉਸ ਤੋਂ ਬਾਅਦ ਕੋ ਫਿਰ ਉਧਰੇ ਵੀ ਨਹੀਂ ਪੈਦਲ 2-4 ਘੰਟੇ ਕੋ ਇਧਰ ਉਧਰ ਸੌ ਗਏ? ਨਹੀਂ ਭਾਈ, ਸੌ ਗਏ ਯਾਨੀ ਕਿ ਸਕੂਨ ਨਾ। ਹਾਂਜੀ। ਤੇ ਫਿਰ ਹਾਰਟ ਅਟੈਕ ਨਾ ਹੁੰਦਾ ਤੇ ਕੀ ਹੁੰਦਾ? ਮੈਂ ਮੰਨਦਾ ਤੂੰ ਮੇਰੀ ਗਲਤੀ ਹੈ। ਅੱਛਾ, ਤੇ ਤੁਸੀਂ ਕਿਹਦੀ ਗਲਤੀ ਜੇ? ਜਿਹੜੀ ਉਹ ਅੱਲਾ ਨੂੰ ਪਿਆਰੇ ਹੋ ਗਏ। ਅੱਛਾ, ਜਿਹੜੇ ਬਾਕੀ ਜਿਹੜੇ ਘਰ ਦੇ ਤੁਹਾਡੇ ਅਫਰਾਦ ਨੇ ਸਾਰੇ ਬਾਕੀ ਸਭ ਨੂੰ ਪਤਾ ਕਿ ਤੁਹਾਨੂੰ ਤੇ ਹਾਰਟ ਅਟੈਕ ਵੀ ਇਦਾਂ ਹੁੰਦਾ ਕਿ ਤੁਸੀਂ ਨਾਲ ਬੈਠੇ ਦੋਸਤ ਨੂੰ ਕਹਿੰਦੇ ਯਾਰ ਚਾਹ ਦਾ ਕਹਿ ਤੇ ਮੈਨੂੰ ਹਾਰਟ ਅਟੈਕ ਹੋ ਗਿਆ, ਮੈਂ ਇੱਕ ਮਿੰਟ ਦਵਾਈ ਲੈ ਕੇ ਆਇਆ ਜ਼ਰਾ? ਹੈ, ਸਹੀ ਗੱਲ ਆ ਭਾਈ, ਹੁੰਦਾ ਇਦਾਂ ਹੀ ਆ। ਬਾਕੀ ਕਿਸੇ ਟਾਈਮ ਜਲਾ ਜਾ, ਕਿਸੇ ਟਾਈਮ ਜਾਇਆ ਵੀ ਨਹੀਂ ਜਾਂਦਾ ਕਿਉਂਕਿ ਮੇਰਾ ਫਲੈਟ ਹੈ ਦੂਸਰੀ ਮੰਜ਼ਿਲ ਪਰ। ਅੱਛਾ ਅੱਛਾ, ਤੋ ਕਦੇ ਮੈਨੂੰ ਹਾਰਟ ਅਟੈਕ ਹੋਵੇ ਮੈਂ ਨਹੀਂ ਜਾਂਦਾ, ਇੱਕ ਦੋ ਗਾਣੇ ਸੁਣਦਾ ਮੇਰਾ ਹਾਰਟ ਅਟੈਕ ਠੀਕ ਹੋ ਜਾਂਦਾ। ਕੀ ਮਤਲਬ? ਕੋ ਕੁਮਾਰ ਸਾਨੂੰ ਦਾ ਵਾਲੀਆ ਮਾਇਆ ਹਾਰਟ ਅਟੈਕ ਦਾ? ਹਾਂ, ਕਡਿਆਲੋ ਜੀ ਸੰਗੀਤ। ਸ਼ਾਬਾਸ਼ ਏ। ਜਾਂ ਮੈਂ 2-4 ਚੱਕਰ ਲਾਉਣਾ ਨਾਲ, 3-4 ਸਿਗਰਟ ਪੀਣਾ ਤੇ ਉਹ ਠੀਕ ਹੋ ਜਾਂਦਾ। ਹਾਂਜੀ, ਨਹੀਂ ਤੇ ਜਦੋਂ ਹਾਰਟ ਅਟੈਕ ਹੋਵੇ ਸੱਪ ਵਾਲੀ ਗੇਮ ਖੇਡਣੀ ਸ਼ੁਰੂ ਕਰਦੀ। ਹਾਂ, ਇੱਦਾਂ ਵੀ ਕਰ ਲੈਣਾ, ਉਹਦਾ ਧਿਆਨ ਜਿਹੜਾ ਹਟ ਜਾਂਦਾ। ਬਹਰਾਲ ਬੂਟਾ ਜੀ, ਬੁਰੇ ਇਨਸਾਨ ਤੇ ਬਹੁਤ ਨੇ ਦੁਨੀਆਂ ਤੇ, ਤੁਸੀਂ ਆਪਣਾ ਖਿਆਲ ਰੱਖਿਆ ਕਰੋ, ਮੈਂ ਕਹਿੰਦਾ ਉਹਨਾਂ 'ਚ ਇੱਕ ਘਟੇ ਨਾ। ਆਪਕੋ ਇੱਕ ਬਾਤ ਬਤਾਊਂ, ਆਪ ਤੋਂ ਮੁਝੇ ਬੜੇ ਜਿੰਮੇ ਲੈ ਜੇ ਮੈਂ ਸਮਝਾ ਰਹੇ ਜੀ ਜੀ। ਇੱਕ ਸ਼ਖਸ ਨੇ ਆਜ ਸੁਬਹ ਬਕਾਇਦਾ ਮੁਝੇ ਲੜਾਈ ਕੀ ਔਰ ਸਖਤ ਅਲਫਾਜ ਬੋਲੇ, ਉਮਰ ਮੈਂ ਮੁਝਸੇ ਕਾਮ ਥਾ, ਮੁਝੇ ਗੁੱਸਾ ਵੀ ਆਇਆ। ਉਸਨੇ ਕਹਾ ਕਿ ਆਪ ਅਬ ਪਬਲਿਕ ਫਿਗਰ ਹੈ, ਹਮਾਰੀ ਪ੍ਰਾਪਰਟੀ ਹੈ। ਉਹਨੇ ਕਿਹਾ ਹਾਰਟ ਅਟੈਕ ਤੇ ਚਲੋ ਇੱਕ ਮਾਮੂਲੀ ਗੱਲ ਆ, ਤੁਹਾਨੂੰ ਕਿਸੇ ਦਿਨ ਫਿੰਸੀ ਨਿਕਲ ਆਈ ਜੇ ਤੇ ਤੁਸੀਂ ਮਾਰ ਗਏ ਤੇ ਕੌਣ ਜ਼ਿੰਮੇਦਾਰ ਆ? ਦੇਖੇ ਕਾਲਰ ਕੋ ਵੀ ਆਪਸੇ ਮੁਹੱਬਤ ਹੈ ਤੋ ਵੋ ਆਪਣੀ ਮੁਹੱਬਤ ਮੇਂ ਆਪਕੇ ਖਿਆਲ ਨਹੀਂ ਬੋਲ ਰਹੇ। ਹਾਂ ਹਾਂ, ਤੂੰ ਚੁੱਪ ਵੀ ਕੀਤੀ ਰਹਿੰਦੀ ਤੇ ਕੋਈ ਗੱਲ ਨਹੀਂ ਸੀ, ਐਡੀ ਕੋਈ ਜ਼ਰੂਰਤ ਵੀ ਨਹੀਂ ਸੀ, ਅਸੀਂ ਗੱਲ ਕਰ ਜੂ ਰਹੇ ਸੀ ਹੁਣ ਤੇ ਲਾ। ਹੈ ਬੂਟਾ ਜੀ, ਇਹ ਕਰਨ ਦੇ ਜੇ ਕਿਆ ਕਰ ਰਹਾ ਹੂੰ? ਇਹਦਾ ਮਤਲਬ ਆ ਭਾਈ ਸਜਾਦ ਸਹੀ ਕਹਿੰਦੇ ਆ ਕਿ ਜਦੋਂ ਤੁਸੀਂ ਉਹਦੇ ਨਾਲ ਗੱਲ ਕਰਦੇ ਜੇ ਉਨਜ਼ਿਲਾ ਨਾ, ਹਾਂ, ਤੇ ਤੁਹਾਡਾ ਰਵੱਈਆ ਹੀ ਹੋਰ ਹੁੰਦਾ ਤੇ ਜਦੋਂ ਉਹਦੇ ਨਾਲ ਕਰਦੇ ਜਦੋਂ ਅੱਲਾ ਮਾਫੀ ਦੇਵੇ। ਨਹੀਂ, ਸਜਾਦ ਸੇ ਵੀ ਮੈਂ ਪਿਆਰ ਕਰਤਾ ਹੂੰ। ਅੱਛਾ ਜੀ, ਇਹਦੇ ਨਾਲ ਵੀ ਕਰਦੇ ਜੇ? ਨਹੀਂ ਨਹੀਂ ਨਹੀਂ, ਸਜਾਦ ਬੜਾ ਖੂਬਸੂਰਤ ਦਿਲ ਕਾ ਮਾਲਕ ਹੈ, ਖੂਬਸੂਰਤ ਤਬੀਅਤ ਕਾ ਮਾਲਕ ਹੈ, ਪਰ ਚਵਲ ਜੀ। ਬਹਰਾਲ ਜੀ, ਐਪ ਮੈਨੂੰ ਬਹੁਤ ਦੁੱਖ ਹੋਇਆ ਤੁਹਾਡੇ ਹੱਥਾਂ ਦੇ ਆਈ ਬਰਨੌਲ ਜੀ ਲੱਗੀ ਹੈ। ਬਰਨੌਲ ਨਹੀਂ ਸ਼ਿਕਾਇਤੇ, ਬਰਨਾਲ। ਅੱਛਾ, ਬਰਨੌਲ, ਬਰਨੌਲਾ, ਬਰਨੌਲਾ, ਇਹਦਾ ਕੋਈ ਹੋਰ ਨਾਂ ਨਹੀਂ ਹੋ ਸਕਦਾ, ਬੜਾ ਅਜੀਬ ਜਿਹਾ ਨਾਂ ਬੂਟਾ ਜੀ, ਬਰਨੌਲਾ। ਲੈ ਵਾ, ਆਪ ਤੋਂ ਹੈਰਾਨ ਹੋ ਗਏ ਸੁਣ ਕੇ, ਮੈਂ ਇਸ ਕੋ ਕਿਤਨੀ ਦੇਰ ਚਰਸੌਲਾ ਕਹਿਤਾ ਰਹਾ ਹੂੰ। ਚਰਸੌਲਾ? ਹਾਂ, ਬਰਨੌਲਾ ਤੇ ਚਾਹ ਕਾਫੀ ਅਰਦੀਫ ਮਿਲਦਾ ਨਾ। ਚਲੋ ਬੂਟਾ ਜੀ, ਬਹਰਾਲ ਆਪਣਾ ਖਿਆਲ ਰੱਖਿਆ ਕਰੋ, ਮਿਹਰਬਾਨੀ ਤੁਹਾਡੀ ਜੀ, ਬਹੁਤ ਬਿਹਤਰ। ਆਪਣਾ ਧਿਆਨ ਰੱਖਿਆ ਕਰੋ, ਤੁਸੀਂ ਸਿਰਫ ਪਾਕਿਸਤਾਨ ਦੇ ਵਿੱਚ ਨਹੀਂ, ਤੁਹਾਨੂੰ ਖਾਸ ਤੌਰ ਤੇ ਅੱਜ ਮੈਂ ਇੱਕ ਗੱਲ ਦੱਸਾਂ ਜੀ, ਜਿਹੜੇ ਮੁਲਕੋਂ ਬਾਹਰ ਲੋਕ ਨੇ ਨਾ, ਜਿੱਦਾਂ ਕੋਈ ਸ਼ੇਖਪੁਰੇ ਆ, ਕੋਈ ਗੁਜਰਾਂ ਵਾਲੇ ਆ ਬੰਦਾ, ਹਾਂਜੀ, ਜਿਹੜੇ ਆਊਟ ਆਫ ਕੰਟਰੀ ਨੇ, ਕਈ ਮੀਆਂ ਵਾਲੀ ਨੇ, ਕਈ ਕਿਤੇ ਹੋਰ ਨੇ, ਹਾਂਜੀ, ਹਾਂ, ਜਿਹੜੇ ਆਪਣੇ ਵਤਨ ਤੋਂ ਦੂਰ ਨੇ ਨਾ, ਉਹ ਤੁਹਾਡਾ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਤੁਸੀਂ ਸੋਚ ਵੀ ਨਹੀਂ ਸਕਦੇ, ਯਕੀਨ ਕਰੋ, ਬਹੁਤ ਸ਼ੌਕ ਨਾਲ ਤੁਹਾਨੂੰ ਸੁਣਦੇ ਤੇ ਦੇਖਦੇ ਨੇ ਜੀ। ਮੈਂ ਆਪਕੋ ਉਹ ਜਗ੍ਹਾ ਬਤਾ ਦਿੱਤਾ ਹੂੰ, ਕੈਨੇਡਾ ਮੈਂ ਸਭ ਸਿੱਖ ਕਮਿਊਨਿਟੀ ਮੁਝੇ ਬੜਾ ਪਸੰਦ ਕਰਤੇ ਹੈ, ਮੁਝੇ ਉੱਧਰ ਤੇ ਫੀਡਬੈਕ ਆਤਾ, ਕੱਲ੍ਹ ਆਤੀ ਹੈ ਟੈਲੀਫੋਨ ਆਤੇ ਹੈ, ਯੇ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਜਾਂ ਮੇਰੇ ਬੇਸ਼ੁਮਾਰ ਫੈਨਸ ਹੈ। ਹਾਂਜੀ, ਤੇ ਧਿਆਨ ਰੱਖਿਆ ਕਰੋ ਨਾ ਆਪਣਾ, ਕਿਸ ਦਿਨ ਸੱਚੀ ਮੁੱਚੀ ਹਾਰਟ ਅਟੈਕ ਹੋ ਗਿਆ ਤੇ ਕੰਮ ਖਰਾਬ ਹੋ ਜਾਣਾ। ਹਾਂ ਹਾਂ, ਮੈਂ ਉਨਕੋ ਕੋ ਨਹਾਇਤ ਕੋਈ ਫਿੱਕਾ ਪ੍ਰੋਗਰਾਮ ਦੇ ਦੂੰ ਤੋ ਵੋ ਦੇਖਦੇ ਹਾਂ, ਔਰ ਮੁਝੇ ਬਤਾ ਦੇਤੇ ਹੈ ਕਿ ਬੇਟਾ ਯੇ ਫਿੱਕਾ ਥਾ। ਬਿਲਕੁਲ ਜੀ, ਸ਼ਰਾ ਚ ਕਾਦੀ ਸ਼ਰਮ ਆ ਜੀ, ਜਿਹੜਾ ਫਿੱਕਾ ਉਹ ਫਿੱਕਾ ਭਾਜੀ, ਇਹ ਚ ਕਿਹੜੀ ਗੱਲ? ਨਾ ਜੀ, ਉਂਜਲਾ ਕੀ ਫਰਮਾਇਸ਼ ਪੇ ਇੱਕ ਮੈਂ ਛੋਟਾ ਸਾ ਬ੍ਰੇਕ ਕਰ ਲਈਏ।
मिलते हैं एक शॉर्ट ब्रेक के बाद। वेलकम बैक नाजिन। और जब उन जिला 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 उन जिला हेलो भाई जी, बाजी जो ताड़ा हाल होया पे कैथे भी ना अटैक करा लेना जनाब। तुसी लता जी दा गाना सुनिया के अपना तुम सामने बैठी रहो पलके मेरी जम जाए और मुझे अटैक नहीं होता। जनाब जी है उंजला जेड़ी ना सिर्फ इस प्रोग्राम वास्ते ही आई है, मेरा ख्याल तुहाडे कोल इन 24 घंटे जेड़ा ना तुहाडे नाल ही बजी रहना। हां जी भाजी, जेड़ा ताड़ा अटैक बचिया रवे इसका तसव्वुर तो मेरे साथ रह सकता है। तसव्वुर हुसैन मेरा के यार है, उन्हें भेज दा, मैं उन्हें रखूं अपने नाल। उंजला जी, ये प्रोग्राम सिर्फ एक कॉमेडी है तो शुगल शुगल में कुछ भी हो जाता। दसो मैं हाल चाल पूछ रहा ते मारदारी कर रहा, वो अगो बगैर तारी करी जांदे ने। बूटा जी जे हाल चाल तो आपने पूछ लिया। हाँ देख भी रहा मैं जो होया पया तुहाडा इस टाइम। क्या हुआ जनाब? एक घरेलू प्रोग्राम है, फैमिलियां देख दिया ने। मेनू अटैक होया यार, मैं फ्रेश हो रहा। हाँ हो अच्छी बात है ना कि आप यहीं पे आके फ्रेश हो गए हैं, आपको हॉस्पिटल जाने की जरूरत नहीं है। चलो जी बहरहाल जिस तरह मर्जी जनाब, इतने हंसते वसते ही मर जो पावे जनाब, कोई रौला नहीं। मेहरबानी। हाँ जी ते बाकी हार्ट अटैक ते अल्लाह माफी दे, जिन्ना क मिस कॉल मारन दे टाइम लगदा ना उन्ने क टाइम च तुहानू दो हो जांदे हार्ट अटैक। बहुत लख जी बेटा। उन जिला तो वो कहते ना कि उन जिलों की बात है, कोई खबर है कि आजकल अगर हम देखें सोशल मीडिया को या फिर न्यूज में भी हर तरफ बर्मा का बहुत ज्यादा हाईलाइट हुआ है कि बर्मा में जो मुसलमानों के साथ ज्यादती की जा रही है, जो उन पे जुल्म किया जा रहा है, हमारे हुक्मरान तो सो रहे हैं, उन्होंने कोई कदम नहीं उठाया इस हवाले से, ना उन्होंने कोई हेल्प के लिए कोई बयान ऐसा किसी की तरफ से आया। लेकिन जो हमारी आवाम है, उन उकाड़ा में रैली निकाली गई, उबाड़ों में रैली निकाली गई, कराची में भी रैली निकाली गई है, इवन के स्कूल और कॉलेजेस के जो बच्चे हैं वो भी रैली। मुझे कुछ बात करने का मौका दोगे उन जिला? वो बात ये है कि मिन हासल कौम जी, हम इज्तमाई तौर पर बड़ा दर्द दिल रखने वाले मामा मा। हाँ जी, और हमें खुदा का खौफ भी है। मुसीबत ये है कि रोहंगिया के मुसलमान, ये जो बर्मा के मुसलमान मुहाजरीन हिजरत कर रहे हैं जी, इसके मतलब मैं आपको कुछ बता दूं कि ये सिर्फ उधर के अवाम से तंग आकर हिजरत नहीं कर रहे, बकायदा वहां की फौज भी इनके कत्लेआम में शामिल है। हाँ जी, वहां की फौज भी उनको कत्ल किया जा रहा है, जिंदा दफनाया जा रहा है, मासूम बच्चों को काटा जा रहा है, जलाया जा रहा, जिंदा जलाया जा रहा है। सजाद इतना बड़ा अलमिया है और मैं ये समझता हूं इसके लिए हकूमते वक्त का जो सरबरा होता है, खा वो वजीर आजम हो या सदर, उसको अपनी क्यादत में जुलूस निकालना चाहिए। बिल्कुल, बरादरी दी जड़ी बनी है नहीं, वो ISO ISO। हाँ जी, सारे जड़े मुसलमान मुल्कां दे सदर वजीर आजम, वो यार तू गल वजीर खारजा जड़े हुंदे ने वो इकट्ठे होके सारे 10-12 जने जा नहीं सकदे उत्थे? उठे जान दी लोड़ नहीं, उसका इजलास बुलाना चाहिए। वही ना, लेकिन यहां मैं आपको क्या बताऊं कि उनके आपस में इख्तलाफ नहीं, ये टीवी पे हर बंदा आके कही जा रहा हम मजम्मत करते हैं। यार मजम्मत जेड़ी ना, मजम्मत इहदा असर की हुंदा? मजम्मत कुछ नहीं। मैं इत्थे बैठा कैमरा कहना जी, मैं बर्मा के जो मजलूम है उनके खिलाफ होने वाले जुल्म पे बड़ी मजम्मत करता हूं, ते की है? मैं आपको एक बात बताऊं, एक कत्ल होता है, वो कत्ल है, जुर्म है, और उसके कातिल को सजाए मौत मिलनी चाहिए। नहीं तो बूटा जी इस तरह नहीं हो सकता कि उन्होंने चलो असी मतलब ले लिए साड़ी गवर्नमेंट जी, या बांग्लादेश की गवर्नमेंट या सऊदी या जेडे इस्लामी ममालिक ने जी, या तो वो मतलब वो मैं तो आप अगर बुरा ना मिलाए तो आप दूसरे भी मुझे माफ कर दे, मैं तो बांग्लादेश को फांसी घाट समझता हूं, फांसियां देने वाला मुल्क समझता हूँ, मैं तो बांग्लादेश को मुसलमान मुल्क ही नहीं तसव्वुर करता। नहीं चलो तुसी पाकिस्तान ला लो। हाँ जी, 10-20-30 लाख जेड़ा बंदा है उन्होंने पैकेज दी नहीं जरूरत है इस टाइम, उन्होंने खाने दी पीने दी कंबला और लाज दी वो जरूरत उन्होंने वक्ती है, उन्होंने मेन प्रॉब्लम जेड़ा ना बूटा जी देखो तुसी एक मतलब
ਤੁਹਾਨੂੰ ਇਹ ਡ੍ਰਿਪ ਲੱਗੇ ਹੀ ਨਾ, ਤੁਸੀਂ ਹੋਸਪਿਟਲ ਦੱਸਿਆ ਨਾ ਕਿ ਮੈਂ ਗਿਆ, ਤੁਹਾਡਾ ਟ੍ਰੀਟਮੈਂਟ ਨਹੀਂ ਹੋ ਰਿਹਾ। ਮੇਨ ਜਿੱਥੇ ਤੁਹਾਡਾ ਹਾਰਟ ਅਟੈਕ ਉੱਥੇ ਟ੍ਰੀਟਮੈਂਟ ਨਹੀਂ ਹੋ ਰਿਹਾ। ਮੈਂ ਤੁਹਾਡੇ ਵਾਸਤੇ ਕੰਬਲ ਲਈ ਜਾਵਾਂ, ਮੈਂ ਤੁਹਾਡੇ ਵਾਸਤੇ ਸੇਬ ਲਈ ਜਾਵਾਂ, ਮੈਂ ਤੁਹਾਡੇ ਵਾਸਤੇ ਜਨਾਬ ਫਲਾਂ ਚੀਜ਼ ਲੈ ਜਾਵਾਂ, ਨਵਾਂ ਸੂਟ ਲੈ ਜਾਵਾਂ, ਹੀਟਰ ਦਾ ਜਾ ਕੇ ਲੱਗ ਲਾ, ਲੇਕਿਨ ਤੁਹਾਡਾ ਟ੍ਰੀਟਮੈਂਟ ਅਸਲ ਹੋ ਹੀ ਨਹੀਂ ਰਿਹਾ ਜੀ। ਤੇ ਤੁਹਾਨੂੰ ਮੇਰੇ ਕੰਬਲ, ਮੇਰਾ ਫਲ, ਮੇਰੇ ਨਵੇਂ ਕੱਪੜੇ, ਮੇਰਾ ਸਰਾਣਾ, ਉਹ ਤੁਹਾਨੂੰ ਤੁਹਾਡੇ ਕਿਸ ਕੰਮ? ਵਕਤੀ ਜ਼ਰੂਰਤ ਬਸ। ਉਹਨਾਂ ਦਾ ਜਿਹੜਾ ਅਸਲ ਟ੍ਰੀਟਮੈਂਟ ਹੋਣਾ ਚਾਹੀਦਾ ਉਹ ਤੇ ਉਹਨਾਂ ਦਾ ਹੋ ਨਹੀਂ ਰਿਹਾ। ਉਹਨਾਂ ਕੋਲ ਜਗ੍ਹਾ ਨਹੀਂ ਹੈਗੀ, ਉਹਨਾਂ ਕੋਲ ਘਰ ਨਹੀਂ ਹੈਗੇ, ਉਹ ਜ਼ਹਿਨੀ ਤੌਰ ਤੇ ਸਕੂਨ 'ਚ ਨਹੀਂ ਹੈਗੇ। ਅਸੀਂ ਉੱਥੇ ਜਾ ਕੇ ਉਹਨਾਂ ਨੂੰ ਕੰਬਲ ਦੇ ਦਈਏ, ਰੋਟੀਆਂ ਦੇ ਦਈਏ, ਅਸੀਂ ਉਹਨਾਂ ਨੂੰ ਜਨਾਬ ਖਾਣਾ ਦੇ ਦਈਏ, ਅਸੀਂ ਉਹਨਾਂ ਨੂੰ ਉਹ ਆਜ਼ਾਦੀ ਤਾਂ ਦੇ ਹੀ ਨਹੀਂ ਰਹੇ। ਉਹ ਤਾਂ ਡਰ ਖੌਫ ਦੇ ਵਿੱਚ ਨੇ ਕਿ ਪਤਾ ਨਹੀਂ ਕਿੱਧਰੋਂ ਮੌਤ ਕਿਸ ਸ਼ਕਲ ਦੇ ਵਿੱਚ ਸਾਨੂੰ ਆਉਣ ਵਾਲੀ। ਯਾਰ ਇੱਦਾਂ ਉੱਦਾਂ ਉੱਦਾਂ ਕਰਕੇ ਨਾ ਬੋਲਿਆ ਕਰ, ਜਿਹੜੀ ਫੈਸਲਾਬਾਦ ਦੀ ਬੋਲੀ ਨਾ ਥੋੜ੍ਹੀ ਜਿਹਾ ਘੱਟ ਰੱਖਿਆ ਕਰ। ਲਿੱਤਾ ਸੀ, ਦਿੱਤਾ ਸੀ, ਇਹ ਕੀ ਗੱਲ ਹੋਈ? ਕਿਹਨੂੰ ਛੇੜ? ਦੁੱਧ 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 ਕੀ ਹੁੰਦਾ? ਲੋਰੀਏ ਬਣੀ ਫਿਰਦੇ ਬਣੇ ਦੁੱਧ, ਮੈਂ ਦੁੱਧ ਲੈ ਵਾ, ਲੈ ਐਂ ਲੱਗਦਾ ਦੁੱਧ ਫਿਤੇ ਮੂੰਹ ਕਹਿਣ ਲੱਗੇ ਆ ਕਿਤੇ। ਅੱਛਾ ਆਪਕੋ ਇਤਨੀ ਵੈਲ ਡਨ ਨਹੀਂ, ਫੈਸਲਾਬਾਦ ਦੀ ਲੈਂਗੁਏਜ ਨੂੰ ਕੁਛ ਨਹੀਂ ਕਰ, ਪੂਰੇ ਪੂਰੀ ਦੁਨੀਆ ਚ ਫੈਸਲਾਬਾਦ ਦੀ ਲੈਂਗੁਏਜ ਦਾ ਲੋਕ ਮਜ਼ਾ ਲੈਂਦੇ। ਪਸੰਦ ਕੀ? ਪਸੰਦ ਕਰਦੇ, ਮਜ਼ਾ ਲੈਂਦੇ ਨੇ, ਮਜ਼ਾ ਲੈਂਦੇ। ਔਰ ਇੰਡੀਆ ਦੇ ਬਹੁਤ ਸਾਰੇ ਸ਼ਹਿਰ ਐਸੇ ਨੇ ਜਿਹਦੀ ਲੈਂਗੁਏਜ ਫੈਸਲਾਬਾਦ ਨਾਲ ਬਹੁਤ ਮਿਲਦੀ ਹੈ। ਹਾਂ ਮੈਂ ਦੱਸਿਆ, ਮੈਂ ਹੁਣੇ ਸਾਰਾ ਹਰ ਸ਼ਹਿਰ ਦੀ ਨਹੀਂ, ਬਹੁਤ ਸਾਰੇ ਸ਼ਹਿਰਾਂ ਜੀ, ਜਲੰਧਰ, ਹੁਸ਼ਿਆਰਪੁਰ, ਰਜਾਣਾ, ਹੋਰ ਵੀ ਕਾਫੀ ਸ਼ਹਿਰੋਂ ਕੀ ਫੈਸਲਾਬਾਦ ਸੇ ਮਿਲਤੀ। ਬੜੀ ਇੰਜੋਏ ਕਰਤੇ ਹੈ ਲੋਗ। ਕੋਈ ਖਾਸ ਵਜ੍ਹਾ ਹੈ ਕਿ ਮਤਲਬ ਇਨਹੈਰਿਟਿਡ ਹੈ ਇਹ ਲੈਂਗੁਏਜ? ਨਹੀਂ ਨਹੀਂ, ਇਹ ਇੱਕ ਇਲਾਕੇ ਕੀ ਲੈਂਗੁਏਜ ਹੋਤੀ ਹੈ ਨਾ, ਜਬ ਬੱਚਾ ਵਹਾਂ ਪੇ ਪੈਦਾ ਹੋਤਾ ਹੈ, ਬੜਾ ਹੋਤਾ ਹੈ, ਉਸਨੂੰ ਵਹੀ ਸਿੱਖਣਾ ਹੋਤਾ ਹੈ ਨਾ। ਉਹਦਾ ਪਿਓ ਇਦਾਂ ਕਹਿ ਰਿਹਾ, ਉਹ ਇਦਾਂ ਕਿਉਂ ਕਰਨ ਡਿਆ, ਤੇ ਉਹਨੇ ਵੀ ਇਦਾਂ ਹੀ ਕਹਿਣਾ, ਇਦਾਂ ਕਿਉਂ ਕਰਨ ਡਿਆ? ਇਹ ਕਹਿੰਦੇ ਨੇ ਇਦਾਂ ਇਦਾਂ ਨਾ ਕਰ, ਐਸੜਾ ਕਹਿੰਦੇ ਅਸੀਂ, ਕਹਿੰਦੇ ਐਸੜਾ ਨਹੀਂ, ਐਸੜਾ ਨਾ ਕਰ, ਇੰਜ ਇੰਜ ਅਸੀਂ ਕਹਿੰਦੇ ਇੰਜ, ਇਹ ਕਹਿੰਦੇ ਇੰਜ। ਆਪਣੀ ਦੇਖੋ ਕਿਤੇ ਪੀਸੀ ਜੀ ਬੋਲੀ ਹੈ ਤੁਹਾਡੀ, ਤਿੰਨ ਇੱਕ ਇੰਜ, ਲਿੱਤਾ ਸੀ, ਦਿੱਤਾ ਸੀ, ਇਹ ਕਿਹੜੀ ਬੋਲੀ ਹੈ? ਇੱਥੇ ਜਾਣਾ ਹੀਗਾ, ਬੰਦਾ ਕਲਾਇਆ ਦਾ ਸੀ, ਇਹ ਕਲਾਇਆ ਦਾ ਸੀ। ਆਪਕੋ ਆਪ ਇਹ ਡਿਫੈਂਡ ਕਰ ਰਹੇ ਹੈ ਫੈਸਲਾਬਾਦ ਕੀ ਲੈਂਗੁਏਜ ਕੋ ਕਿ ਆਪ ਲਾਹੌਰ ਕੀ ਲੈਂਗੁਏਜ? ਮੈਂ ਕਹਿ ਰਿਹਾ ਕਿ ਇਹ ਉਹਨੂੰ ਬੜੀ ਫੈਸਲਾਬਾਦ ਦੀ ਲੈਂਗੁਏਜ ਨੂੰ ਨਾ ਇੱਕ ਬੜਾ ਡੀਗ੍ਰੇਡ ਜਿਹਾ ਕਰਕੇ ਬਿਆਨ ਕਰਦੇ ਨੇ, ਐਡਾ ਓਡਾ, ਉਹ ਇੱਕ ਲੈਂਗੁਏਜ ਆ। ਓਕੇ, ਤੇ ਅਗਰ ਡੀਗ੍ਰੇਡ ਕਰਕੇ ਬਿਆਨ ਕਰਨਾ ਤੇ ਮੈਂ ਹਰ ਸ਼ਹਿਰ ਦੀ ਕਰ ਸਕਦਾ। ਤੁਹਾਨੂੰ ਫੈਸਲਾਬਾਦ ਦੀ ਬੋਲੀ ਪਸੰਦ ਹੈ ਜੀ? ਠੀਕ ਹੈ, ਪੰਜਾਬੀ ਠੀਕ ਹੈ? ਨਹੀਂ ਤੁਹਾਨੂੰ ਪੰਜਾਬੀ ਅੱਛੀ ਲੱਗਦੀ? ਸਜਾਦ ਵਕਤ ਬੜਾ ਮੁਖਤਸਰ ਹੈ ਮੈਡਮ। ਅੱਛਾ ਮੈਂ ਉਹਦਾ ਗੱਲ ਕਰਨ ਲੱਗਾ, ਨਾਲ ਹੀ ਮੌਤ ਪੈ ਗਈ, ਨਾਲ ਹੀ ਮੈਨੂੰ ਕਹਿੰਦਾ ਸਜਾਦ ਇੱਕ ਮਿੰਟ ਨਹੀਂ ਬਰਦਾਸ਼ਤ ਹੋਇਆ, ਇੱਕ ਗੱਲ ਨਹੀਂ ਬਰਦਾਸ਼ਤ ਹੋਈ। ਆਪ ਉਹਦੇ ਤੇ ਉਨਜ਼ਿਲਾ ਉਨਜ਼ਿਲਾ ਉਨਜ਼ਿਲਾ, ਥੈਂਕ ਯੂ ਉਨਜ਼ਿਲਾ, ਬਹੁਤ ਕਾਬਿਲ ਇੱਜ਼ਤ ਹੈ ਉਹ, ਬਹੁਤ ਅੱਛੇ। ਮੇਰੇ ਵਿੱਚ ਦਰਦ ਜੀ ਹੋ ਰਹੀ ਹੈ। ਨਾਜ਼ਰੀਨ ਇਸਕੇ ਸਾਥ ਹੀ ਪ੍ਰੋਗਰਾਮ ਕਲਰ ਬਾਜੀ ਕਾ ਇਖਤਤਾਮ। ਅਗਲੇ ਪ੍ਰੋਗਰਾਮ ਤੱਕ ਕੇ ਲਈ ਮੇਰੀ ਕੋ ਹੋਸਟ ਉਂਜਲਾ ਸੱਜਾਦ ਕੌਰ ਮੁਝੇ ਇਜਾਜ਼ਤ ਦੀਜੀਏ, ਅੱਲਾ ਹਾਫਿਜ਼।